ਰਖਲਾ ਸਾਹਿਬ ਤੁਸੀਂ ਹੁਣ ਗੱਲ ਕਰ ਰਹੇ ਸੀ ਕਿ ਸ਼੍ਰੀ ਕਾਲ ਤੱਕ ਸਾਹਬ ਤੇ ਜਾਣਾ ਹੈ। ਉੱਥੇ ਜਾ ਕੇ ਕੀ ਅਗਲੀ ਰਣਨੀਤੀ ਰ ਹੋਗੀ ਆਪਣੀ? ਦੇਖੋ ਸਾਡਾ ਉਹਦੇ 'ਚ ਇੱਕ ਕਸੂਰ ਹੈ ਕਿ ਜਦੋਂ ਬੇਅਦਬੀ ਦੀ ਗੱਲ ਚੱਲੀ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਅਸੀਂ ਉੱਥੇ ਚੁੱਪ ਰਹੇ। ਸਾਨੂੰ ਉਹ ਲੜਾਈ ਲੜਨੀ ਚਾਹੀਦੀ ਸੀ। ਚੁੱਪ ਰਹਿਣਾ ਸਾਡਾ ਕਸੂਰ ਸੀ। ਮੈਂ ਸਮਝਦਾ ਕਿ ਅਸੀਂ ਵੀ ਸਰਕਾਰ ਦਾ ਹਿੱਸਾ ਸੀਗੇ। ਪਰ ਅਸੀਂ ਨਹੀਂ ਬੋਲੇ। ਉਹ ਚੀਜ਼ ਨੂੰ ਲੈ ਕੇ ਅਸੀਂ ਜਾ ਰਹੇ ਹਾਂ। ਅਸੀਂ ਪਹਿਲਾਂ ਇਹ ਨਹੀਂ ਕਿ ਅਸੀਂ ਸਿੱਧੇ ਆਪ ਹੀ ਚਲੇ ਚੱਲੇ। ਅਸੀਂ ਸਾਹਿਬ ਸੁਖਵੀਰ ਸਿੰਘ ਬਾਦਲ ਪ੍ਰਧਾਨ ਚੋਣ ਨਿਕਲਦੇ ਬਹੁਤ ਬਾਰੀ ਕਿਹਾ ਸੀ ਕਿ ਪਲਾਂਸਾ ਆਪਾਂ ਨੂੰ ਜਾਣਾ ਚਾਹੀਦਾ ਆਪਾਂ ਜਾ ਕੇ ਵੀ ਆਏ ਆ ਪਰ ਜਦੋਂ ਉੱਥੇ ਗਏ ਨੂੰ ਮੈਂ ਉਦੋਂ ਵੀ ਕਿਹਾ ਸੀ ਬਾਦਲ ਸਾਹਿਬ ਨੇ ਕੀ ਕਿਹਾ ਫਿਰ ਜਵਾਬ ਦਿੱਤਾ ਕੋਈ ਕਿ ਮੈਨੀਆਂ ਜਾਂਦਾ ਉਹ ਕਹਿੰਦੇ ਨਹੀਂ ਆਪਾਂ ਜਾਣੇ ਆਪਾਂ ਅਗਲੇ ਬੇਅਦਵੀ ਕਰਵਾਈਏ ਉਹਨਾਂ ਦਾ ਇੱਕੋ ਜਵਾਬ ਵੀ ਆਪਾਂ ਅਗਲੇ ਬੇਅਦਵੀ ਕਰਵਾਈਏ ਸਾਡੀ ਸਰਕਾਰ ਚ ਹੋਈ ਹੈ ਸਾਡੀ ਜੰਮਵਰ ਨਹੀਂ ਬਣਦੀ ਹੈ ਜੀ ਤੁਸੀਂ ਇੱਥੇ ਦੇਖਿਆ ਮਹਾਰਾਣੀ ਸਾਹਿਬ ਦੇ ਪੈਸੇ ਕਢਲੇ ਸੀ ਨੇਪਾਲ ਤੋਂ ਜਾ ਕੇ ਅਸੀਂ ਪੈਸੇ ਦੂਰ ਕਢਾ ਲਿਆ ਸੀ ਪੰਜਾਬ ਪੁਲਿਸੇ ਚੋਂ ਜਿਹੜੇ ਬੰਦੇ ਨੇ ਬੇਅਦਵੀ ਕੀਤੀ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿ ਜਾ ਜਿਨ੍ਹਾਂ ਨੇ ਬਿਆਦਵੀ ਕੀਤੀ ਕਿ ਉਹਨਾਂ ਨੂੰ ਫੜਨਾ ਸਰਕਾਰ ਖਾਤਰ ਕੋਈ ਬਹੁਤੀ ਔਖੀ ਕੰਮ ਨਹੀਂ ਸੀ ਸਰਕਾਰ ਕੁਝ ਵੀ ਕਰ ਸਕਦੀ ਹੈ ਇਰਾਦਾ ਹੋਣਾ ਚਾਹੀਦਾ ਹੈ ਪਰ ਉਹ ਚੀਜ਼ ਤੇ ਸਾਡੀ ਮਤਲਬ ਨਰਾਜ਼ਗੀ ਸਾਡੀ ਚੱਲੀ ਆਉਂਦੀ ਸੀ ਪਰ ਅਸੀਂ ਉਹ ਲੜਾਈ ਦੇ ਵਿੱਚ ਮੈਂ ਸਮਝਦਾ ਵੀ ਕਹਹਿਣ ਚ ਦੱਸਣ ਚ ਅਸੀਂ ਫੇਲ ਹੋਏ ਉਸ ਚ ਅਸੀਂ ਉਹਨਾਂ ਨੂੰ ਨਾ ਕਨਵਿੰਸ ਕਰ ਸਕੇ ਨਾ ਸਾਡੀ ਗੱਲ ਮੰਨੀ ਗਈ ਉਹ ਅਸੀਂ ਇੱਕ ਦਿਨ ਚ ਨਹੀਂ ਅਸੀਂ ਕਿੰਨੇ ਸਾਲ ਕੋਸ਼ਿਸ਼ ਕਰਦੇ ਰਹੇ ਤੇ ਅੱਜ ਫੇਰ ਖੀਰ ਨੂੰ ਸਾਨੂੰ ਵੀ ਵੀੜਾ ਚੱਕਣਾ ਪਿਆ ਕਿ ਸਾਡੀ ਪਹਿਲੀ ਡਿਊਟੀ ਬਣਦੀ ਹੈ ਕਿ ਕੋਈ ਕੰਮ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਾ ਸਭ ਤੇ ਜਾ ਕੇ ਆਈਏ ਉੱਤੇ ਨਤਮਸ ਜੋ ਸਾਨੂੰ ਸਲਾਹ ਲਉਣਗੇ ਉਹ ਸਾਨੂੰ ਇਹ ਕਹਿ ਦੇਣਗੇ ਤੁਸੀਂ ਜ਼ਿੰਦਗੀ ਦੇ ਵਿੱਚ ਮੁੜ ਕੇ ਇਲੈਕਸ਼ਨ ਨਹੀਂ ਲੜਨੀ ਅਸੀਂ ਉਹ ਵੀ ਗੱਲ ਮੰਨਾਂਗੇ ਉਹ ਸਾਨੂੰ ਕਹਿਣ ਕਿ ਤੁਸੀਂ ਆਹ ਕੰਮ ਕਰਨਾ ਹੈ ਅਸੀਂ ਉਹ ਵੀ ਕੰਮ ਕਰਾਂ ਜੋ ਹੁਕਮਨਾਮਾ ਜਾਰੀ ਹੋਊਗਾ ਉਹ ਇਨ ਬਿਨ ਲਾਗੂ ਕਰਾਂਗੇ ਜੇ ਉੱਥੇ ਗੱਲ ਹੁੰਦੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਰੱਖੋ ਸੁਖਵੀਰ ਸਿੰਘ ਬਾਦਲ ਦੇ ਨਾਲ ਚੱਲੋ ਜਾਂ ਕੋਈ ਹੋਰ ਐਸੀ ਗੱਲ ਹੁੰਦੀ ਹੈ ਫਿਰ ਕੀ ਰਣਨੀਤੀ ਹੋਗੀ ਮੈਂ ਕਹਿੰਦਾ ਜੇ ਅਕਾਲੀ ਸਹਾਜ ਦਾ ਜੋ ਹੁਕਮਨਾਮਾ ਕਰ ਦੇਣਗੇ ਅਸੀਂ ਇਹਨਾਂ ਵਿੱਚ ਲਾਗੂ ਕਰਾਂਗੇ ਸਾਡੇ ਕੋਈ ਈਗੋ ਨਹੀਂ ਕੋਈ ਮੈਂ ਨਹੀਂ ਨਾ ਸਾਡੀ ਕੋਈ ਇਹ ਲਾਲਸਾ ਵੀ ਮੈਂ ਅੱਗੇ ਆਉਣਾ ਹੈ ਮੈਂ ਪ੍ਰਧਾਨ ਬਣਨਾ ਹੈ ਮੈਂ ਇਹ ਕਰਨਾ ਹੈ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਹੈ ਨਹੀਂ ਜੋ ਸਾਨੂੰ ਉਹ ਹੁਕਮਨਾਮਾ ਜਾਰੀ ਕਰ ਦੇਣਗੇ ਅਸੀਂ ਇਹਨਾਂ ਵਿੱਚ ਲਾਗੂ ਕਰਾਂਗੇ ਪ੍ਰਿਕਰ ਸਾਹਿਬ ਚੰਦੂ ਮਾਜਰਾ ਸਾਹਿਬ ਨਾਲ ਕਈ ਵਾਰੀ ਮਨ ਮਟਾਪ ਦੀ ਗੱਲ ਆਉਂਦੀ ਹੈ ਕਿ ਪਟਿਆਲਾ ਦੇ ਵਿੱਚ ਜਿਹੜੀ ਧੜੇਵੰਦੀ ਉਹ ਬੜੀ ਭਾਰੂ ਰਹਿੰਦੀ ਤੇ ਹਾਰ ਦਾ ਕਾਰਨ ਬਣਦੀ ਹੈ ਕੈਂਡੀਡੇਟ ਦਾ ਆਧਾਰ ਬਹੁਤ ਵਧੀਆ ਅਕਾਲੀ ਦਲ ਦਾ ਕੀ ਲੱਗਦਾ ਹੈ ਹੁਣ ਚੰਦੂ ਮਾਜਰਾ ਸਾਹਿਬ ਵੀ ਤੁਹਾਡੇ ਨਾਲ ਨੇ ਤੇ ਜੇ ਪ੍ਰਧਾਨਗੀ ਦੀ ਆਪਾਂ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਗੁੱਟ ਹੈ ਦਲਜੀਤ ਸਿੰਘ ਚੀਮਾ ਵੀ ਕਹਿ ਚੁੱਕੇ ਨੇ ਕਿ ਅਸੀਂ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ ਤੇ ਹੁਣ ਆਪਣੀ ਰਣਨੀਤੀ ਕੀ ਹੈ ਤੁਸੀਂ ਅਕਾਲੀ ਦਲ ਕਿਹੜਾ ਅਕਾਲੀ ਦਲ ਮੰਨ ਕੇ ਚੱਲੀਏ ਦੇਖੋ ਸ਼ੋਮਨੀ ਅਕਾਲੀ ਦਲ ਤਾਂ ਇੱਕੋ ਹੀ ਹੈ ਸ਼ਮਨੀ ਕਦੇ ਦੋ ਨਹੀਂ ਹਨ ਨਾ ਮੇਰੀ ਕਦੇ ਲੜਾਈ ਚ ਹੋਈ ਚੰਦੂਮਾਰਾ ਨਾਲ ਇਹ ਤੁਸੀਂ ਪ੍ਰੈਸ ਪੁਰਸ ਵਾਲੇ ਬਣਾ ਦਿੰਦੇ ਹੋ ਕਦੇ ਮੇਰਾ ਕੋਈ ਬਿਆਨ ਸੁਣਿਆ ਚੰਦੂਮਾਰਾ ਦੇ ਖਿਲਾਫ ਕਦੇ ਕਿਸੇ ਮੇਰੇ ਬੰਦੇ ਨੇ ਕੋਈ ਗੱਲ ਕਹੀ ਹੈ ਚਲੋ ਆਪੋ ਆਪਣਾ ਕੰਮ ਕਰਨਾ ਹੈ ਇਹ ਤਾਂ ਘਰ ਦੇ ਵਿੱਚ ਹੀ ਹੁੰਦਾ ਤੁਸੀਂ ਤਾਂ ਵੀ ਉਹ ਗੱਲ ਕਰਦੇ ਹੋ ਪਰ ਮੈਂ ਕੱਲਾ ਚੰਦੂਮਾਰਾ ਸਾਹਿਬ ਹੀ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨਾਲ ਵਿਰੋਧ ਰੱਖਿਆ ਹੀ ਨਹੀਂ ਮੇਰੇ ਤਾਂ ਅਜ ਵੀ ਸੁਖੀਰ ਬਾਲਨਾਵ ਕੋਈ ਵਿਰੋਧ ਨਹੀਂ ਹੈ ਮੈਂ ਕਦੇ ਕੋਈ ਕੋਈ ਦੇ ਖਿਲਾਫ ਗੱਲ ਕੀਤੀ ਹੈ ਅਸੂਲਾਂ ਦੀ ਗੱਲ ਹੈ ਨਾ ਮੇਰਾ ਕੋਈ ਬਹੁਤਾ ਇਹ ਹੈ ਵੀ ਮੈਂ ਲਾਲਚਾ ਮੈਂ ਜੇ ਇਲੈਕਸ਼ਨ ਹਾਰ ਜਾਂਦਾ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ ਮੈਂ ਇਲੈਕਸ਼ਨ ਜਿੱਤ ਜਾਂਦਾ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜੇ ਮੈਂ ਮੰਤਰੀ ਬਣਿਆ ਮੈਨੂੰ ਤਾਂ ਵੀ ਇਹੀ ਨਹੀਂ ਸੀ ਮੈਨੂੰ ਕੋਈ ਚੜ੍ਹ ਗਈ ਸੀ ਮੇਰਾ ਤਾਂ ਉਹੀ ਹੈ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੋਈ ਹੈ ਕਿ ਮੈਂ ਤਾਂ ਕਦੇ ਆਪਣੀ ਜ਼ਿੰਦਗੀ ਸੋਚੀ ਨਹੀਂ ਗੁਰੂ ਮਾਰਾ ਇੱਥੇ ਬਚਾ ਦੇਣਗੇ ਮੈਂ ਹਾਰਦਾ ਹਾਂ ਨਾ ਵੀ ਮੇਰੇ ਵਰਗੇ ਬੰਦੇ ਤਾਂ ਕੋਈ ਸਾਂਝੀ ਵੀ ਨਹੀਂ ਰਹਾਉਂਦਾ ਕਿਵੇਂ ਨੇ ਕਿਹੜਾ ਕੰਮ ਕਰਨਾ ਐ ਐਡੀ ਵੱਡੀ ਬਖਸ਼ਿਸ਼ ਕਰਤੀ ਮੈਂ ਤਾਂ ਇਹ ਸੋਚਦਾ ਜਿੰਨਾ ਤਨਵਾਦ ਕਰੀਏ ਜਿੰਨਾ ਗੁਰੂ ਦੇ ਚਰਨਾਂ ਦੇ ਵਿੱਚ ਨਿਵੇਂ ਹੋਈਏ ਜਿੰਨਾ ਨਤਮਸਤ ਕਰੀਏ ਉਹਨਾਂ ਥੋੜਾ ਸਰ ਕੀ ਲੱਗਦਾ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨਗੀ ਦਾ ਹੋਵੇ ਤਾਂ ਹਟਦੇ ਨੇ ਜਿਸ ਤਰ੍ਹਾਂ ਥੋੜਾ ਜਿਹੜਾ ਗਰੁੱਪ ਹੈ ਉਹ ਗੱਲ ਕਰ ਰਹੀ ਮੰਗ ਕੀਤੀ ਹੈ ਤਾਂ ਕੀ ਲੱਗਦਾ ਕਿ ਪਾਰਟੀ ਦਾ ਸੰਕਟ ਹੱਲ ਹੋ ਜਾਊਗਾ ਕਿਉਂਕਿ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਘੇਰਾ ਹੈਗਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਉਹਨਾਂ ਨੂੰ ਸਹੀ ਕੰਮ ਨਹੀਂ ਕਰਨ ਦੇ ਰਿਹਾ ਬਾਦਲ ਸਾਹਿਬ ਨੂੰ ਕੀ ਲੱਗਦਾ ਉਸ ਤੋਂ ਬਾਅਦ ਸਾਰੀ ਜਿਹੜੀ ਮੁਸ਼ਕਲ ਹੱਲ ਹੋ ਜਾਊਗੀ ਦੇਖੋ ਮੈਂ ਤਾਂ ਘੇਰੇ ਦੀ ਵੀ ਗੱਲ ਨਹੀਂ ਕਰਦਾ ਘੇਰੇ 'ਚ ਵੀ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਵੀ ਆਉਂਦੇ ਹੁੰਦੇ ਆਦਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੇ ਉਹ ਪ੍ਰਧਾਨਗੀ ਛੱਡ ਕੇ ਸ਼੍ਰੀ ਅਕਾਲਤਾ ਸਾਹਿਬ ਨਾਲ ਸੰਪਰਤ ਹੁੰਦੇ ਨੇ ਸਾਰੇ ਸਾਰੇ ਮਸਲੇ ਹੱਲ ਹੋ ਜਾਣਗੇ ਸਰ ਕਲੀ ਪ੍ਰਧਾਨਗੀ ਹੋਰ ਕੀ ਚਾਹੁੰਦੇ ਆਪਾਂ ਜੀ ਜੀ ਆਪਾਂ ਹੋਰ ਤਾਂ ਕੁਝ ਚਾਹੁੰਦੇ ਇਹ ਵੀ ਕਹਿਣਾ ਹੈ ਸ਼੍ਰੀ ਅਕਾਲਤਾ ਸਾਹਿਬ ਜਾ ਕੇ ਮਾਫੀ ਮੰਗਣਾ ਵੀ ਉਹ ਤੋਂ ਵੱਡੀ ਗੱਲ ਹੈ ਜੀ ਉਹ ਤਾਂ ਵੱਡੀ ਗੱਲ ਹੈ ਪ੍ਰਧਾਨਗੀ ਛੱਡਣ ਤੋਂ ਵੀ ਸ਼੍ਰੀ ਅਕਾਲਤਾ ਸਾਹਿਬ ਆ ਕੇ ਨਤਮਸਤਕ ਹੋਣਾ ਤੇ ਉੱਥੇ ਨੀਵੇਂ ਹੋਣਾ ਰਕਰਸਰ ਤੁਸੀਂ ਕਹਿ ਰਹੇ ਹੋ ਕਈ ਸਾਲਾਂ ਤੋਂ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਆਪਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਤੁਸੀਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਸੁਖਵੀਰ ਬਾਦਲ ਨਾਲ ਕੀ ਲੱਗਦਾ ਥੋੜੀ ਆਸਾਨੂਦੋ ਬੂਰ ਨਹੀਂ ਪਿਆ ਜਵਾਬ ਦੇ ਤਾਂ ਉਹਨਾਂ ਨੇ ਕਿ ਆਪਾਂ ਮਾਫੀ ਕਿਉਂ ਮੰਗੀਏ ਦੇਖੋ ਇਹ ਤਾਂ ਅਸੀਂ ਜਾ ਕੇ ਵੀ ਆਏ ਅਸੀਂ ਉੱਥੇ ਜਾ ਕੇ ਵੀ ਆਏ ਆ ਪਰ ਅਸੀਂ ਸੇਵਾ ਵੀ ਕਰਕੇ ਆਏ ਆ ਅਸੀਂ ਗੁਰਬਾਣੀ ਵੀ ਸੁਣੀ ਆ ਉੱਥੇ ਅਜਿੱਤਿਆਂ ਵੀ ਸਾਫ ਕੀਤੀਆਂ ਨੇ ਉੱਥੇ ਅਸੀਂ ਭਾਂਡੇ ਵੀ ਉੱਥੇ ਮੰਜੇ ਨੇ ਪਰ ਜੋ ਵਿਧਾਨ ਹੈ ਵਿਦਾਨ ਦੇ ਮਤਾਵਕ ਨਹੀਂ ਕੀਤਾ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਨਹੀਂ ਹੋਏ ਉਹਨਾਂ ਦੀ ਕਿ ਇੱਕ ਕੋਰਟ ਨੇ ਸਜ਼ਾ ਦੇਣੀ ਹੁੰਦੀ ਹੈ ਇੱਕ ਤੁਸੀਂ ਕਹਿੰਦੇ ਹੋ ਯਾਰ ਮੈਂ ਤਾਂ ਮੇਨੋ ਹੋ ਗਿਆ ਤੇ ਮੈਂ ਆ ਸਜ਼ਾ ਭੁਗਤੀ ਮੈਂ ਤਾਂ ਕਰ ਲਿਆ ਮੈਂ ਤਾਂ ਆਪਣੇ ਘਰੋਂ ਬਾਹਰ ਨਿਕਲਦਾ ਉਹ ਕੱਲ ਦੇ ਤੇ ਇਹ ਗੱਲ ਦੇ ਵਿੱਚ ਜਿਮੀ ਸਵਾਨ ਦਾ ਫਰਕ ਹੈ ਲੋਕਾਂ ਨੇ ਨਹੀਂ ਮੰਨੀ ਜਿਹੜੇ ਸੀ ਗਏ ਉੱਥੇ ਜਿਹੜੇ ਲੋਕ ਨੇ ਜਿਹੜੇ ਪੰਥਕ ਲੋਕ ਨੇ ਜੋ ਗੁਰੂ ਨੂੰ ਮੰਨਦੇ ਨੇ ਉਹਨਾਂ ਨੇ ਉਹ ਮਾਫੀ ਨਵਾਫੀ ਨਹੀਂ ਮੰਗਿਆ ਲੋਕਾਂ ਦੀ ਪਰਸਪੈਕਸ਼ਨ ਨੂੰ ਮੈਂ ਇਹ ਸਮਝਦਾ ਕਿ ਪਰਮਾਤਮਾ ਦੀ رائے ਤੇ ਲੋਕਾਂ ਦੀ رائے ਇੱਕੋ ਹੁੰਦੀ ਹੈ ਜਦੋਂ ਵੀ ਪਾਰਟੀ ਦੇ ਖਿਲਾਫ ਕੋਈ ਐਸੀ ਆਵਾਜ਼ ਜਾਂ ਕੋਈ ਸਲਾਹ ਦੇਣ ਵਾਲਾ ਬੰਦਾ ਉੱਠਦਾ ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਹੈ ਫਿਰ ਤਾਂ ਹੈ ਢਿੰਡਾ ਸਾਹਿਬ ਹੁਣ ਹੁਣ ਜੇਕਰ ਤੁਹਾਡੇ ਖਿਲਾਫ ਜਿਹੜਾ ਆਪਣਾ ਪੂਰਾ ਗਰੁੱਪ ਹੈ ਜਿਨੇ ਆਵਾਜ਼ ਚੱਕੀ ਹੈ ਕੋਈ ਕਾਰਵਾਈ ਹੁੰਦੀ ਹੈ ਫਿਰ ਆਪਣੀ ਰਣਨੀਤੀ ਕੀ ਹੋਊਗੀ ਅਗਲੀ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਾਰਵਾਈ ਕਰਨਗੇ ਅਸੀਂ ਕੋਈ ਪਾਰਟੀ ਦੇ ਖਿਲਾਫ ਗੱਲ ਹੀ ਨਹੀਂ ਕਰ ਰਹੇ ਅਸੀਂ ਤਾਂ ਪਾਰਟੀ ਨੂੰ ਉੱਪਰ ਕਰਨਗੇ ਜੇ ਕਰਨੀ ਹੈ ਉਹਨਾਂ ਦੀ ਮਰਜ਼ੀ ਗੱਲ ਹੈ ਜੋ ਕਰਨ ਅਸੀਂ ਤਾਂ ਜਿਵੇਂ ਚੱਲਦੇ ਹਾਂ ਉਹਨਾਂ ਚੱਲ ਹੀ ਜਾਵਾਂਗੇ ਅੱਛੇ ਅਕਾਲੀ ਦਲ ਤੋਂ ਬਾਹਰ ਨਹੀਂ ਹੋਣਾ ਉਹ ਸਾਨੂੰ ਕੱਢ ਦੇਣ ਉਹ ਮਾਰ ਦੇਣ ਉਹ ਜੋ ਮਰਜ਼ੀ ਕਰ ਪਰ ਸ਼ੋਮ ਨਿਕਲਦਲ ਦੇ ਵਿੱਚ ਰਹਿਣਾ ਆ ਜਿਹੜੀ ਬੀਜੇਪੀ ਦੀ ਗੱਲ ਕਰਦੇ ਨੇ ਉਹ ਵੀ ਐਸਪੀ ਦੀ ਗੱਲ ਕਰਦੇ ਨੇ ਹੋਰ ਦੀ ਗੱਲ ਕਰਦੇ ਨੇ ਅਸੀਂ ਪੰਥਕ ਬੰਦੇ ਆ ਪੰਥਕ ਦੀ ਗੱਲ ਕਰਾਂਗੇ ਸ਼ੋਮ ਨਿਕਲਦਲ ਦੇ ਵਿੱਚ ਰਹਿਣਾ